Start. ਸਾਡੀ ਸੁਪਰੀਮ ਕੋਰਟ ਹੁਣ ਨੇਤਾਵਾਂ ਤੋਂ ਵੀ ਅੱਗੇ ਨਿਕਲਦੀ ਦਿਖਾਈ ਦੇ ਰਹੀ ਹੈ ਡੰਡਿੰਗ ਉਸ ਨੇ ਸਭ ਸੁਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਹ ਦੱਸਣ ਕਿ ਸਰਕਾਰੀ ਨੌਕਰੀਆਂ ਚ ਜਿਹੜੀ ਰਿਜ਼ਰਵੇਸ਼ਨ ਅਜੇ ਪੰਜਾਬ ਫਸੀਦੀ ਹੈ ਨੂੰ ਵਧਾਇਆ ਜਾਵੇ ਜਾਂ ਨਾ ਕਿਹੜਾ ਸੁਭਾ ਹੈ ਜੋ ਇਹ ਕਹੇਗਾ ਕਿ ਸਾਂ ਨਾ ਵਧਾਇਆ ਜਾਵੇ ਡੰਡੀ ਸਭ ਨੇਤਾ ਅਤੇ ਪਾਰਟੀਆਂ ਵੋਟਾਂ ਅਤੇ ਨੋਟ ਦੀਆਂ ਗੁਲਾਮ ਹੁੰਦੀਆਂ ਹਨ ਡੰਡੀ ਲਗਭਗ ਅੱਧੀ ਦਰਜਣ ਸੂਬਿਆਂ ਨੇ 1992 ਚ ਅਦਾਲਤ ਵੱਲੋਂ ਬਣੀ ਗਈ ਰਿజర్వేਸ਼ਨ ਦੀ ਹੱਦ ਪੰਜਾਬ ਫਸੀਦੀ ਦੀ ਉਲੰਘਣਾ ਕਰ ਦਿੱਤੀ ਹੈ ਡੰਡੀ ਮਹਾਰਾষ্ট্র ਚ ਸਰਕਾਰੀ ਨੌਕਰੀਆਂ 72 ਫਸੀਦੀ ਰਜ਼ਰਵੇਸ਼ਨ ਹੋ ਗਈ ਹੈ ਡੰਡੀ ਸੁਪਰੀਮ ਕੋਰਟ ਤੋਂ ਉਮੀਦ ਸੀ ਕਿ ਉਹ ਇਸ ਬੇਲਗਾਮ ਜਾਤੀ ਰਜ਼ਰਵੇਸ਼ਨ ਤੇ ਨਾ ਸਿਰਫ ਸਖਤ ਰੋਕ ਲਾਵੇਗੀ ਸਗੋਂ ਜਾਤੀ ਰਿਜ਼ਰਵੇਸ਼ਨ ਨੂੰ ਗੈਰ ਸੰਵਿਧਾਨਿਕ ਵੀ ਘਰਾ ਦੇਵੇਗੀ ਡੰਡਿੰਗ ਜਾਤੀ ਆਧਾਰ ਤੇ ਰਿਜ਼ਰਵੇਸ਼ਨ ਸ਼ੁਰੂ ਚ ਸਿਰਫ 10 ਸਾਲ ਲਈ ਦਿੱਤੀ ਗਈ ਸੀ ਪਰ ਹਰ 10 ਸਾਲ ਦ੍ਰੋਪਤੀ ਦੇ ਚੀਰ ਹਰਨ ਵਾਂਗ ਇਹ ਵੱਧਦੀ ਹੀ ਜਾ ਰਹੀ ਹੈ ਡੰਡਿੰਗ ਇਸ ਦਾ ਨਤੀਜਾ ਕੀ ਹੋਇਆ ਕੀ ਇਸ ਅਜਰਵੇਸ਼ਨ ਕਾਰਨ ਦੇਸ਼ ਦੇ ਲਗਭਗ 100 ਕਰੋੜ ਗਰੀਬ ਪਛੜੇ ਪਿੰਡੂ ਦਲਤ ਅਤੇ ਵਾਂਝੇ ਲੋਕਾਂ ਨੂੰ ਨਿਆ ਅਤੇ ਬਰਾਬਰ ਦੇ ਮੌਕੇ ਮਿਲ ਰਹੇ ਹਨ ਬਿਲਕੁਲ ਨਹੀਂ ਡੰਡੀ ਇੰਨਾ 100 ਕਰੋੜ ਲੋਕਾਂ ਵਿੱਚੋਂ ਸਿਰਫ ਕੁਝ ਹਜ਼ਾਰ ਲੋਕ ਹੈ ਅਜਿਹੇ ਹਨ ਜਿਨ੍ਹਾਂ ਨੇ ਸਰਕਾਰੀ ਨੌਕਰੀਆਂ ਤੇ ਪੀੜੀਦਰ ਪੀੜੀ ਕਬਜ਼ਾ ਕੀਤਾ ਹੋਇਆ ਹੈ ਡੰਡੀ ਉਸ ਦਾ ਆਧਾਰ ਉਹਨਾਂ ਦੀ ਯੋਗਤਾ ਨਹੀਂ ਉਹਨਾਂ ਦੀ ਜਾਤੀ ਹੈ ਡੰਡੀ ਇਹ ਕੁਝ ਹਜ਼ਾਰ ਦਲਤ ਆਦਿਵਾਸੀ ਅਤੇ ਪਛੜੇ ਲੋਕ ਨੌਕਰੀਆਂ ਦੇ ਯੋਗ ਹੋਣ ਜਾਂ ਨਾ ਹੋਣ ਪਰ ਆਪਣੀ ਜਾਤੀ ਕਾਰਨ ਉਹ ਨੌਕਰੀਆਂ ਹੜਾਪ ਲੈਂਦੇ ਹਨ ਡੰਡੀ ਇਸ ਕਾਰਨ ਦੇਸ਼ ਦੇ ਪ੍ਰਸ਼ਾਸਨ ਚ ਭ੍ਰਿਸ਼ਟਾਚਾਰ ਤਾਂ ਵਧਦਾ ਹੀ ਹੈ ਜਾਤੀਵਾਦ ਜਹਿਆਂ ਮਾੜੀਆਂ ਪ੍ਰਥਾਵਾਂ ਵੀ ਸਰਗਰਮ ਹੁੰਦੀਆਂ ਰਹਿੰਦੀਆਂ ਹਨ ਡੰਡਿੰਗ ਇਸ ਰੁਝਾਨ ਨੇ ਇੱਕ ਨਵੇਂ ਸ਼ੋਸ਼ਕ ਵਰਗ ਨੂੰ ਜਨਮ ਦੇ ਦਿੱਤਾ ਹੈ ਡੰਡਿੰਗ ਇਸ ਦਾ ਨਾ ਹੈ ਕ੍ਰਿਮਲਿਆਰ ਭਾਵ ਮਲਾਈਦਾਰ ਵਰਗ ਡੰਡੀ ਇਸ ਵਰਗ ਚ ਅਯੋਗਤਾ ਦੇ ਨਾਲ-ਨਾਲ ਹੰਕਾਰ ਵੀ ਪੈਦਾ ਹੁੰਦਾ ਹੈ ਡੰਡੀ ਇਹਨਾਂ ਲੋਕਾਂ ਨੇ ਆਪਣਾ ਨਵਾਂ ਸਵਰਨ ਵਰਗ ਬਣਾ ਲਿਆ ਹੈ ਡੰਡੀ ਇਹ ਸਵਰਨਾ ਤੋਂ ਵੀ ਅੱਗੇ ਅਤ ਸਵਰਨ ਵਰਗ ਹੈ ਡੰਡੀ ਦੇਸ਼ ਦੇ 100 ਕਰੋੜ ਵਾਂਝੇ ਲੋਕਾਂ ਨੂੰ ਉੱਪਰ ਚੁੱਕਣ ਦੀ ਚਿੰਤਾ ਇਹਨਾਂ ਲੋਕਾਂ ਨੂੰ ਉਹਨਿਹੀ ਹੈ ਜਿੰਨੀ ਰਵਾਇਤੀ ਸਵਰਨ ਵਰਗ ਨੂੰ ਹੈ ਡੰਡੀ ਜੇ ਅਸੀਂ ਭਾਰਤ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਉਣਾ ਚਾਹੁੰਦੇ ਹਾਂ ਤਾਂ ਇਹਨਾਂ 100 ਕਰੋੜ ਲੋਕਾਂ ਨੂੰ ਅੱਗੇ ਵਧਾਉਣ ਦੀ ਚਿੰਤਾ ਸਾਨੂੰ ਸਭ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਡੰਡੀ ਉਸਨ ਲਈ ਜ਼ਰੂਰੀ ਹੈ ਕਿ ਹਰ ਰਿਜ਼ਰਵੇਸ਼ਨ ਜਾਤੀ ਦੇ ਆਧਾਰ ਤੇ ਨਹੀਂ ਜ਼ਰੂਰਤ ਦੇ ਆਧਾਰ ਤੇ ਦਿੱਤੀ ਜਾਵੇ ਡੰਡੀ ਇਹ ਨੌਕਰੀਆਂ ਚ ਨਹੀਂ ਸਿੱਖਿਆ ਅਤੇ ਡਾਕਟਰੀ ਚੋਭੀ ਦਿੱਤੀ ਜਾਵੇ ਡੰਡੀ ਜੋ ਵੀ ਦਲਤ ਵਾਂਝਿਆਂ ਹੋਇਆ ਆ ਸਮਰਥ ਤੇ ਗਰੀਬ ਹੋਵੇ ਉਸ ਦੇ ਬੱਚਾ ਨੂੰ ਮੁਫਤ ਭੋਜਨ ਦਿੱਤਾ ਜਾਵੇ ਡੰਡੀ ਉਸ ਦੀ ਮੁਫਤ ਡਾਕਟਰੀ ਹੋਵੇ ਡੰਡੀ ਉਸ ਦੀ ਜਾਤ ਨਾ ਪੁੱਛੀ ਜਾਵੇ ਡੰਡੀ ਅਜਿਹੇ ਲੋੜਵੰਦਾਂ ਨੂੰ ਭਾਵੇਂ ਉਹ ਕਿਸੇ ਵੀ ਜਾਤੀ ਦੇ ਹੋਣ ਜੇਕਰ ਉਹਨਾਂ ਨੂੰ ਸਿੱਖਿਆ ਅਤੇ ਡਾਕਟਰੀ ਵਿੱਚ ਅਸੀ ਫਸੀਦੀ ਰਜਰੇ ਰਿਜ਼ਰਵੇਸ਼ਨ ਵੀ ਦਿੱਤੀ ਜਾਵੇ ਤਾਂ ਇਸ ਚ ਕੋਈ ਬੁਰਾਈ ਨਹੀਂ ਹੈ ਡੰਡੀ ਇਹ ਬੱਚੇ ਆਪਣੀ ਯੋਗਤਾ ਅਤੇ ਮਿਹਨਤ ਨਾਲ ਭਾਰਤ ਨੂੰ ਮਹਾਸ਼ਕਤੀ ਬਣਾ ਦੇਣਗੇ ਡੰਡੀ ਸਟਾਰਟ ਸਰਕਾਰੀ ਹਸਪਤਾਲਾਂ ਦੇ ਅਨਹੋਦ ਸਦਕਾ ਹੀ ਲੱਖਾਂ ਰੁਪਏ ਦੀ ਫੀਸ ਲੈਣ ਵਾਲੇ ਪ੍ਰਾਈਵੇਟ ਹਸਪਤਾਲਾਂ ਚ ਕਿਸੇ ਕਿਰਤੀ ਕਿਸਾਨ ਦਿਹਾੜੀਦਾਰ ਕਾਮੇ ਅਤੇ ਛੋਟੇ ਕਾਰੋਬਾਰੀ ਦੇ ਬੱਚੇ ਮਾਪੇ ਜਾਂ ਧਰਮ ਪਤਨੀ ਦਾ ਇਲਾਜ ਕਰਵਾਉਣਾ ਸੰਭਵ ਹੈ ਪ੍ਰਸ਼ੰਚਨ ਗਵਰਨਮੈਂਟ ਸਕੂਲਾਂ ਅਤੇ ਕਾਲਜਾਂ ਦੇ ਮੁਕਾਬਲੇ ਕਿ ਪ੍ਰਾਈਵੇਟ ਵਿਦਿੱਕ ਅਦਾਰਿਆਂ ਦੀਆਂ ਮਨਮਰਜ਼ੀਆਂ ਨਾਲ ਤੈਅ ਕੀਤੀਆਂ ਫੀਸਾਂ ਦੇ ਕੇ ਆਮ ਆਦਮੀ ਦੇ ਬੱਚਿਆਂ ਦਾ ਪੜਨਾ ਸੰਭਵ ਹੈ ਪ੍ਰਸ਼ੰਚਨ ਰੇਲ ਦਾ ਮਹਿਕਮਾ ਜੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਵਧੇ ਕਰਾਇਆਂ ਨਾਲ ਸਧਾਰਨ ਸ਼ਹਿਰੀ ਰੇਲ ਗੱਡੀ 'ਚ ਸਫ਼ਰ ਕਰ ਸਕੇਗਾ ਪ੍ਰਚੰਚਨ ਡੰਡੀਪਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਸ਼ਬਦਾਂ ਚ ਐਲਾਨ ਕਰ ਦਿੱਤਾ ਕਿ ਉਹ ਸਿਰਫ ਚਾਰ ਖੇਤਰਾਂ ਤੋਂ ਬਿਨਾ ਸਮੁੱਚੇ ਸਰਕਾਰੀ ਖੇਤਰ ਦਾ ਨਿਜੀਕਰਨ ਕਰ ਦੇਣਗੇ ਕਿਉਂਕਿ ਸਰਕਾਰਾਂ ਦਾ ਕੰਮ ਕਾਰੋਬਾਰ ਕਰਨਾ ਨਹੀਂ ਸਗੋਂ ਲੋਕਾਂ ਦੇ ਭਲਾਈ ਕਰਨਾ ਹੈ ਡੰਡੀ ਭਾਵ ਹੁਣ ਸਰਕਾਰ ਸੁਮੱਚੇ ਅਰਥਚਾਰੇ ਨੂੰ ਲੁਟੇਰੇ ਕਾਰਪੋਰੇਟ ਘਰਾਨਿਆਂ ਦੇ ਹਵਾਲੇ ਕਰਕੇ ਲੋਕ ਭਲਾਈ ਦਾ ਜਿੰਮਾ ਸਿੱਧੇ ਤੌਰ ਤੇ ਅਮੀਰਾਂ ਅਮੀਰ ਹੱਥਾਂ ਚ ਸੌਂਪਣਾ ਚਾਹੁੰਦੀ ਹੈ ਜਿਨ੍ਹਾਂ ਦੀ ਕਿਰਪਾ ਨਾਲ ਹੀ ਲੋਕਾਂ ਦਾ ਵੱਡਾ ਹਿੱਸਾ ਆਤ ਦੇ ਗਰੀਬੀ ਭੁੱਖ ਮਰੀ ਬੇਕਾਰੇ ਮਾੜਾ ਪਾਲਣ ਪੋਸ਼ਨ ਅਤੇ ਅਨਪੜਤਾ ਦੇ ਚੱਕੇ ਚ ਪਸ ਰਹਾ ਹੈ ਡੰਡੀਪਰਾ ਨਿਜੀਕਰਨ ਦਾ ਅਰਥ ਹੈ ਕਿ ਪਿਛਲੇ 73 ਸਾਲਾਂ ਦੌਰਾਨ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਤੇ ਸਰਕਾਰੀ ਖਜ਼ਾਨੇ ਨਾਲ ਜਿਹੜੇ ਰੇਲਵੇ ਡਾਕ ਸੰਚਾਰ ਵਿਭਾਗ ਹਵਾਈ ਸੇਵਾਵਾਂ ਤੇਲ ਸਨਤ ਖਾਣਾ ਬਿਜਲੀ ਸੜਕਾਂ ਬੈਂਕ بیمਾ ਅਤੇ ਹੋਰ ਕਈ ਸੰਤੀ ادارے ਉਸਾਰੇ ਗਏ ਹਨ ਉਸ ਸਰਕਾਰੀ ਸੰਪਤੀ ਨੂੰ ਕਾਡੀਆਂ ਦੇ ਪਾ ਕਾਰਪੋਰੇਟ ਕਰਾਨਿਆਂ ਖਾਸ ਕਰਕੇ ਅੰਬਾਨੀ ਅਤੇ اڈਾਨੀ ਵਰਗੇ ਮਿੱਤਰਾਂ ਦੇ سپرد ਕਰ ਦਿੱਤਾ ਜਾਵੇਗਾ ਡੰਡੀਪਰਾ ਫਿਰ ਜੇ ਕੋਈ ਵਿਅਕਤੀ ਇਹਨਾਂ ਅਦਾਰਿਆਂ ਦੇ ਬਣੇ ਮਾਲ ਜਾਂ ਮੁਹੱਈਆ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਮਹਿੰਗੇ ਹੋਣ ਦੀ ਗੁਹਾਰੇ ਲਾਵੇਗਾ ਤਦ ਸਰਕਾਰੀ ਜਵਾਬ ਹੋਵੇਗਾ ਕਿ ਮਹਿੰਗਾਈ ਸਰਕਾਰ ਨੇ ਨਹੀਂ ਸਗੋਂ ਕਾਰਪੋਰੇਟ ਘਰਾਨਿਆਂ ਅਤੇ ਬਹੁਕਮੀ ਕਾਰਪੋਰੇਸ਼ਨਾਂ ਨੇ ਕੀਤੀ ਹੈ ਜਿਨ੍ਹਾਂ ਦੇ ਹਵਾਲੇ ਲੋਕਾਂ ਦੀ ਸੰਪਤੀ ਨੂੰ ਮੋਦੀ ਸਰਕਾਰ ਨੇ ਆਪ ਹੀ ਕੀਤਾ ਹੈ ਹੈਨਾ ਸਰੇ ਦੀ ਚਲਾਕੀ ਤੇ ਧੋਖੇ ਭਰਿਆ ਕਾਰਨਾਮਾ ਜਿਸ ਨੂੰ ਹੁਣ ਤੋਂ ਹੀ ਸਰਕਾਰੀ মিডিਆ ਅਤੇ ਸੰਗ ਪ੍ਰਚਾਰ ਮਸ਼ੀਨਰੀ ਦੇ ਮੋਚ ਪਾ ਦਿੱਤਾ ਗਿਆ ਹੈ ਡੰਡਿੰਗ ਜਿੰਨਾ ਸਰਕਾਰੀ ਖੇਤਰ ਦੇ ਅਦਾਰਿਆਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ ਨੇ ਆਪਣੀ ਕਾਰਜਸ਼ੈਲੀ ਨਾਲ ਇਹਨਾਂ ਅਦਾਰਿਆਂ ਦੀ ਸੰਪਤੀ ਚਾਹੀ ਵੱਡੇ ਪੱਦਰ ਤੇ ਵਾਦਾ ਨਹੀਂ ਕੀਤਾ ਸਗੋਂ ਅਰਬਾਂ ਰੁਪਏ ਟੈਕਸਾਂ ਦੇ ਰੂਪ ਚ ਸਰਕਾਰਾਂ ਦੀ ਝੋਲੀ ਖਜ਼ਾਨੇ ਚ ਪਏ ਹਨ ਅਤੇ ਹਰ ਸਮੇ ਲੋੜਵੰਦਾਂ ਦੇ ਮਦਦਾਂ ਕੀਤੀ ਹੈ ਡੰਡੀ ਜੇ ਕੁਝ ਸਰਕਾਰੀ ਅਦਾਰੇ ਘਾਟੇ ਚ ਚੱਲ ਰਹੇ ਹਨ ਤਾਂ ਉਸ ਦੀ ਜ਼ਿੰਮੇਵਾਰੀ ਵੀ ਬੇਲੋੜੀ ਸਰਕਾਰੀ ਦਖਲ ਅੰਦਾਜ਼ੇ ਭ੍ਰਿਸ਼ਟਾਚਾਰ ਨਿੱਜੀ ਕਾਰੋਬਾਰੀਆਂ ਦੇ ਹਿੱਤਾਂ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰੀ ਖੇਤਰ ਨਾਲ ਕੋਰੇ ਵਿਤਕਰੇ ਬਾਜੀ ਅਤੇ ਅਣਦੇਖੀ ਦੇ ਸਿਰ ਵੱਜਦੀ ਹੈ ਡੰਡੀ ਸਾਰੇ ਕਿਰਤ ਕਾਨੂੰਨਾ ਨੂੰ ਪੰਗ ਕਰਕੇ ਚਾਰ ਲੇਬਰ ਕੋਡ ਲਾਗੂ ਹੋ ਜਾਣ ਦੇ ਰੋਸ਼ਨੀ ਚ ਸਰਕਾਰੀ ਖੇਤਰ ਦੇ ਭੋਗ ਪੈਣ ਨਾਲ ਪੱਕੇ ਕੰਮ ਲਈ ਪੱਕੀ ਨੌਕਰੀ ਅਤੇ ਮੁਲਾਜ਼ਮਾਂ ਨੂੰ ਮਿਲ ਰਹੀਆਂ ਮੌਜੂਦਾ ਉਜਰਤਾਂ ਅਤੇ ਹੋਰ ਸਹੂਲਤਾਂ ਦਾ ਪੂਰੀ ਤਰ੍ਹਾਂ ਖਾਤਮਾ ਹੋ ਜਾਵੇਗਾ ਡੰਡੀ ਠੇਕੇ ਅਧੀਨ ਨਾ ਕੰਮ ਕਰਨ ਦੇ ਘੰਟੇ ਨਿਯਤ ਅਤੇ ਨਾਹੀਂ ਕਿਸੇ ਪੱਤੇ ਜਾਂ ਤਰੱਕੀ ਦੀ ਗਰੰਟੀ ਡੰਡੀ ਅਜਿਹਾ ਰਾਜ ਪ੍ਰਬੰਧ ਮਜ਼ਦੂਰ ਵਰਗ ਲਈ ਜੰਗਲ ਦੇ ਰਾਜ ਅਤੇ ਨਵੀਂ ਗੁਲਾਮੀ ਦੇ ਬਰਾਬਰ ਹੈ ਡੰਡੀ ਬਿਜਲੀ ਦੀਆਂ ਦਾਰਾਂ ਰੇਲ ਕਿਰਾਇਆ ਵਿਦਿਆ ਪ੍ਰਾਪਤੀ ਲਈ ਫੀਸਾਂ ਬਿਮਾਰੀ ਦਾ ਇਲਾਜ ਪਾਣੀ ਦਾ ਬਿੱਲ ਪਵਨ ਜ਼ਿੰਦਗੀ ਦੀ ਹਰ ਲੋੜਿੰਦੀ ਵਸਤੂ ਅਤੇ ਸੇਵਾਦਿਆਂ ਕੀਮਤਾਂ ਚ ਮਨ ਮਰਜ਼ੀ ਦਾ ਵਾਦਾ ਕਰਨ ਲਈ ਲੁਟੇਰੇ ਕਾਰਪੋਰੇਟ ਘਰਾਨਿਆਂ ਅਤੇ ਅਮੀਰ ਕਾਰੋਬਾਰੀਆਂ ਨੂੰ ਪੂਰਨ ਆਜ਼ਾਦੀ ਅਤੇ ਸਰਕਾਰ ਦੀਆਂ ਲੋਕਾਂ ਪ੍ਰਤੀ ਸਾਰੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਸ਼ੇ ਡੰਡੀ ਲੋਕਾਂ ਦੇ ਤਨ ਨੂੰ ਲੁੱਟਿਆ ਜਾ ਰਿਹਾ ਹੈ ਡੰਡੀ ਮੋਦੀ ਜੀ ਆਰਥਿਕ ਅਤੇ ਸਮਾਜਿਕ ਖੇਤਰ ਚ ਨਿੱਜੀ ਖੇਤਰ ਦੀਆਂ ਸੇਵਾਵਾਂ ਹਾਸਲ ਕਰਨ ਦੇ ਬਹੁਤ ਇਹਸ਼ੁਕ ਹਨ ਡੰਡੀ ਉਹ ਇਸ ਨੂੰ ਦੇਸ਼ ਦੇ ਵਿਕਾਸ ਅਤੇ ਲੋਕਾਂ ਦੇ ਕਲਿਆਣ ਦੀ ਕੁੰਜੀ ਦੱਸ ਰਹੇ ਹਨ ਡੰਡੀ ਨਿੱਜੀ ਖੇਤਰ ਵੱਲੋਂ ਲੋਕਾਂ ਨੂੰ ਲੋੜਿੰਦੀਆਂ ਸੇਵਾਵਾਂ ਦੇਣ ਦੀ ਉਦਾਹਰਣ ਨਿੱਜੀ ਹਸਪਤਾਲਾਂ ਅੰਦਰ ਮਰੀਜ਼ਾਂ ਨੂੰ ਲੱਖਾਂ ਦੇ ਬਿੱਲ ਪ੍ਰਾਈਵੇਟ ਵਿੱਦਿਕ ਅਦਾਰਿਆਂ ਦੀਆਂ ਭਾਰੀ ਫੀਸਾਂ ਪਹੁੰਚ ਤੋਂ ਬਾਹਰ ਬਿਲੀ ਦੇ ਰੇਟ ਅਤੇ ਪਾਣੀ ਦੀਆਂ ਦਰਾਂ ਤੋਂ ਵੇਖੀ ਜਾ ਸਕਦੀ ਹੈ ਡੰਡੀ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧਦੀਆਂ ਕੀਮਤਾਂ ਬਾਰੇ ਪੁੱਛੇ ਸਵਾਲਾਂ ਸਮੇਂ ਸਰਕਾਰੀ ਅਤੇ ਭਾਜਪਾ ਬੁਲਾਰਿਆਂ ਦਾ ਸੰਗ ਸੁੱਕ ਜਾਂਦਾ ਹੈ ਡੰਡਿੰਗ ਅੱਖਾਂ ਸ਼ਰਮਸਾਰ ਹੋ ਜਾਂਦੀਆਂ ਹਨ ਕਿਉਂਕਿ ਜੇ ਉਹ ਇਸ ਲਈ ਅਬਾਨੀ ਅਤੇ ਅੰਡਾਨੇ ਨੂੰ ਜ਼ਿੰਮੇਵਾਰ ਆਖਦੇ ਹਨ ਤਾਂ ਵੀ ਇਸ਼ਾਰਾ ਤਾਂ ਪ੍ਰਧਾਨ ਮੰਤਰੀ ਜੀ ਵੱਲ ਹੀ ਮੰਨਿਆ ਜਾਣਾ ਹੈ ਡੰਡਿੰਗ ਇਸ ਚ ਹੁਣ ਰਤੀ ਪਰ ਵੀ ਸ਼ੱਕ ਨਹੀਂ ਰਹਿਣਾ ਚਾਹੀਦਾ ਜਿਸ ਤਰ੍ਹਾਂ ਦੀਆਂ ਨਵ ਉਦਾਰਵਾਦੀ ਆਰਥਿਕ ਨੀਤੀਆਂ ਮੋਦੀ ਇਹ ਸਰਕਾਰ ਲਾਗੂ ਕਰ ਰਹੀ ਹੈ ਉਸ ਨਾਲ ਲੋਕਾਂ ਦੀ ਤਬਾਹੀ ਤਹ ਡੰਡੀ ਲੋਕਾਂ ਦੀ ਸਾਰੇ ਸੰਪਤੀ ਦੇ ਮਾਲਕ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਨਿਆਂ ਨੂੰ ਬਣਾਇਆ ਜਾ ਰਿਹਾ ਹੈ ਡੰਡੀ ਇਸ ਧੋਖੇ ਨੂੰ ਲੋਕਾਂ ਦੇ ਭਲਾਈ ਦਾ ਨਾਮ ਦਿੱਤਾ ਜਾ ਰਹਿਹਾ ਹੈ ਡੰਡੀ ਇੰਨਾ ਧੋਖੇ ਭਰੇ ਕਦਮਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਜ਼ੁਬਾਨ ਬੰਦ ਕਰਨ ਲਈ ਅਜਿਹੇ ਕਾਨੂੰਨ ਘੜੇ ਜਾ ਰਹੇ ਹਨ ਜਿਸ ਨਾਲ ਜਰਮਨ ਚ ਹਿਟਲਰ ਸ਼ਾਹੀਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਡੰਡੀ ਸਰਕਾਰ ਦਾ ਹਰ ਵਿਰੋਧੀ ਦੇਸ਼ ਧਰੋਈ ਕਾਰਨਾਮਾ ਅਤੇ ਲੋਕ ਹਿੱਤਾਂ ਦੀ ਰਾਖੀ ਲਈ ਲਿਖਣਾ ਬੋਲਣਾ ਤੇ ਜਨਤਕ ਲਾਮਬੰਦੀ ਕਰਨਾ سنگੀਨ ਗੁਨਾਹ ਕਰਾਰ ਦਿੱਤਾ ਗਿਆ ਹੈ ਜਿਸ ਦੀ ਸਜ਼ਾ ਕਥਿਤ ਦੋਸ਼ੀਆਂ ਲਈ ਲੰਬੀਆਂ ਕੈਦਾਂ ਪੁਲਿਸ ਤਾਚਰ ਅਤੇ ਗੁੰਡਾ ਅੰਸਰਾਂ ਦੀਆਂ ਹਿੰਸਕ ਕਾਰਵਾਈਆਂ ਦਾ ਸ਼ਿਕਾਰ ਹੋਣਾ ਹੈ ਡੰਡੀ ਦੇਸ਼ ਪਰ ਦੀਆਂ ਜੇਲਾਂ ਕੋਰ ਅਵਸਥਾ ਦੀਆਂ ਸ਼ਿਕਾਰ ਹਨ ਡੰਡੀ ਇਥੋਂ ਕੈਦੀਆਂ ਦੇ ਭੱਜਣ ਅਤੇ ਜੇਲ੍ਹ ਅੰਦਰ ਹਰ ਤਰ੍ਹਾਂ ਦੇ ਅਪਰਾਧ ਹੋਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਡੰਡੀ ਇਥੋਂ ਤੱਕ ਕਿ ਹਾਈ ਸਕਿਉਰਿਟੀ ਜੇਲਾਂ ਵੀ ਇਸ ਸਮੱਸਿਆ ਤੋਂ ਮੁਕਤ ਨਹੀਂ ਰਹੀਆਂ ਡੰਡੀ ਇੱਕ ਪਾਸੇ ਤਿਹਾਰ ਜਿਲ੍ਹੇ ਚੋਂ ਚਾਰਲਸ ਸੋਬਰਾਜ ਵੱਲੋਂ ਅਧਿਕਾਰੀਆਂ ਨੂੰ ਨਸ਼ੀਲੇ ਮਠਾਈ ਖਵਾ ਕੇ ਫਰਾਰ ਹੋਣ ਵਰਗੀਆਂ ਘਟਨਾਵਾਂ ਨੇ ਜੇਲ੍ਹਾਂ 'ਚ ਸੁਰੱਖਿਆ ਵਿਵਸਥਾ ਤੇ ਸਵਾਲੀਆ ਨਿਸ਼ਾਨ ਲਾਏ ਤਾਂ ਦੂਜੇ ਪਾਸੇ ਜਿਲ੍ਹਾਂ ਚੋਂ ਅਦਾਲਤਾਂ ਚੋਂ ਪੇਸ਼ੀ ਲਈ ਲਜਾਏ ਜਾਣ ਵਾਲੇ ਵਿਚਾਰ ਅਧੀਨ ਕੈਦੀਆਂ ਦੇ ਫਰਾਰੀ ਅਤੇ ਉਹਨਾਂ ਦੇ ਸਹਾਇਕਾਂ ਵੱਲੋਂ ਉਹਨਾਂ ਨੂੰ ਪੁਲਿਸ ਦੀ ਹਿਰਾਸਤ ਤੋਂ ਕੱਢ ਕੇ ਲਜਾਣ ਦੀਆਂ ਘਟਨਾਵਾਂ ਵੀ ਆਮ ਹੋ ਗਈਆਂ ਹਨ ਜੋ ਸਿਰਫ 1 ਮਹੀਨੇ ਚ ਹੇਠਾਂ ਦਰਜ 11 ਘਟਨਾਵਾਂ ਤੋਂ ਸਪਸ਼ਟ ਹੈ ਡੰਡੀ 9 ਫਰਵਰੀ ਨੂੰ ਚਾਰਖੰਡ ਦੇ ਸਭ ਤੋਂ ਵੱਡੇ ਹਸਪਤਾਲ ਰਾਂਝਾ ਸਥਿਤ ਰਿਮਸ ਵਿਖੇ ਇਲਾਜ ਲਈ ਦਾਖਲ ਹੱਤਿਆ ਦਾ ਮਲਜ਼ਮ ਸਦੇਸ਼ਵਰ ਨਿਗਰਾਨੀ ਲਈ ਤਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਚੱਕਮਾ ਦੇ ਕੇ ਆਈਸੀਯੂ ਦੇ ਬਾਥਰੂਮ ਦੀ ਖਿੜਕੀ ਚੋਂ ਫਰਾਰ ਹੋ ਗਿਆ ਡੰਡੀ 10 ਫਰਵਰੀ ਨੂੰ ਪੋਪਾਲ ਦੀ ਪੁਰਾਣੀ ਜੇਲ੍ਹ ਚੋਂ ਲਕਸ਼ਮਣ ਸਿੰਘ ਰਾਜਪੂਤ ਨਾਮੀ ਕੈਦੀ ਨੇ ਨਾ ਤਾਂ ਕਿਤੋਂ ਗ੍ਰਿੱਲ ਕੱਟੀ ਅਤੇ ਨਾਹੀ ਕੰਧ ਟੱਪੇ ਸਗੋਂ ਦਿਨ ਦਿਹਾੜੇ ਜੇਲ੍ਹ ਦੀ ਸਾਰੀ ਸੁਰੱਖਿਆ ਵਿਵਸਥਾ ਨੂੰ ਤੇ ਚ ਦੱਸਦਿਆਂ ਮੇਨ ਗੇਟ ਦੇ ਰਸਤੇ ਸਭ ਦੇ ਸਾਹਮਣੇ ਫਰਾਰ ਹੋ ਗਿਆ ਡੰਡੀ 15 ਫਰਵਰੀ ਨੂੰ ਬਿਹਾਰ ਚ ਜਹਾਨਾਬਾਦ ਜ਼ਿਲ੍ਹੇ ਦੇ सदर ਹਸਪਤਾਲ ਚ ਇਲਾਜ ਲਈ ਦਾਖਲ ਇੱਕ ਕੈਦੀ ਉਸਨ ਦੀ ਨਿਗਰਾਨੀ ਲਈ ਤਨਾਤ ਪੁਲਿਸ ਮੁਲਾਜ਼ਮਾਂ ਨੂੰ ਚੱਕਮਾ ਦੇ ਕੇ ਦੌੜ ਗਿਆ ਡੰਡੀ 20 ਫਰਵਰੀ ਨੂੰ ਲਖਨੋ ਦੇ ਅਦਰਸ਼ ਜੇਲ੍ਹ ਚੋਂ ਇੱਕ ਕੈਦੀ ਹਰਕੇਸ਼ ਉਰਫ ਫੌਜੀ ਸੁਰੱਖਿਆ ਮੁਲਾਜ਼ਮਾਂ ਨੂੰ ਝਾਂਸਾ ਦੇ ਕੇ ਭੱਜ ਨਿਕਲਿਆ ਡੰਡੀ 23 ਫਰਵਰੀ ਨੂੰ ਹਸ਼ਿਆਰਪੁਰ ਦੇ ਪਿੰਡ ਚੋਹਾਲ ਚੋਰੀ ਦੇ ਦੋਸ਼ ਹੇਠ ਫੜੇ ਗਏ ਇੱਕ ਮੁਲਜ਼ਮ ਨੇ ਐਸਆਈ ਦਾ ਕੰਨ ਦੰਦਾ ਨਾਲ ਐਨੀ ਬੁਰੀ ਤਰ੍ਹਾਂ ਕਟਿਆ ਕਿ ਉਸ ਦਾ ਇੱਕ ਹਿੱਸਾ ਹੀ ਵੱਖ ਹੋ ਗਿਆ ਡੰਡੀ ਇਹ ਕਹਦੀ ਇਹ ਐਸਆਈ ਨੂੰ ਜ਼ਖਮੀ ਕਰਕੇ ਦੌੜ ਗਿਆ ਜਿਸ ਨੂੰ ਫੜ ਕੇ ਲੋਕਾਂ ਨੇ ਪੁਲਿਸ ਦੇ ਹਵਾਲੇ ਕੀਤਾ ਡੰਡੀ 23 ਫਰਵਰੀ ਨੂੰ ਹੀ ਜ਼ਬਰਜਨਾ ਦੇ ਇੱਕ ਮੁਲਜ਼ਮ ਨੂੰ ਫੜ ਕੇ ਲਿਜਾ ਰਹੇ ਥਾਣਾ ਗੁਰੂ ਹਰ ਸਹਾਏ ਦੀ ਪੁਲਿਸ ਤੇ 4 ਮੋਟਰ ਗੱਡੀਆਂ 'ਚ ਆਏ 15 ਹਮਲਾਵਰਾਂ ਨੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਛੁਡਾ ਕੇ ਲੈ ਗਏ ਡੰਡੀ 26 ਫਰਵਰੀ ਨੂੰ ਬਿਹਾਰ ਦੇ ਦਲ ਸਿੰਘ ਸਰਾਏ ਉਪ ਜਿਲ੍ਹੇ ਚ ਦੁਪਹਿਰ ਸਾਢੇ 3 ਵਜੇ ਪੁਰਾਣੀਆਂ ਉਪ ਜਿਲ੍ਹੇ ਚ ਲਜਾਈ ਜਾ ਰਹੇ ਮੈਲਾ ਕੈਦੀ ਦੁਰਗਾ ਦੇਵੀ ਜੰਗਲ ਪਾਣੀ ਜਾਣ ਦੇ ਬਹਾਨੇ ਮੈਲਾ ਪੁਲਿਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਈ ਡੰਡਿੰਗ ਪੁਲਿਸ ਨੇ ਉਸ ਨੂੰ ਫੜਨ ਲਈ ਦੌੜ ਭੱਜ ਕੀਤੀ ਪਰ ਉਹ ਹੱਥ ਨਹੀਂ ਲੱਗੀ ਡੰਡੀ 26 ਫਰਵਰੀ ਨੂੰ ਹੀ ਫਰੋਜਾਬਾਦ ਦੀ ਅਦਾਲਤ ਚ ਪੇਸ਼ੀ ਲਈ ਲਿਆਂਦਾ ਗਿਆ ਆਪਣੀ ਪਤਨੀ ਦੀ ਹਤਿਆ ਦਾ ਮਲਜਮ ਰਿਸ਼ੀ ਕੁਮਾਰ ਯਾਦਵ ਪੁਲਿਸ ਨੂੰ ਚੱਕਮਾਂ ਦੇ ਕੇ ਫਰਾਰ ਹੋ ਗਿਆ ਡੰਡੀ ਦੱਸਿਆ ਜਾਂਦਾ ਹੈ ਕਿ ਜੇਲ ਚ ਤਨਾਤ ਮਹਾਵੀਰ ਸਿੰਘ ਨਾਮੀ ਸਿਪਾਹੀ ਫਰਾਰ ਕੈਦੇ ਨਾਲ ਮਿਲਿਆ ਹੋਇਆ ਸੀ ਡੰਡੀ 3 4 ਮਾਰਚ ਦੀ ਅੱਧੀ ਰਾਤ ਨੂੰ ਥਾਣਾ ਮਮਦੋਟ ਵੇਖੇ ਕੱਚੀ ਸ਼ਰਾਬ ਵੇਚਣ ਦੇ ਦੋਸ਼ ਹੇਠ ਫੜਕੇ ਹਵਾਲਾਤ ਚ ਬੰਦ ਕੀਤਾ ਗੁਰਨਾਮ ਸਿੰਘ ਨਾਮੀ ਮੁਲਜ਼ਮ ਕੰਦ ਟਪਕੇ ਫਰਾਰ ਹੋ ਗਿਆ ਡੰਡੀ 5 ਮਾਰਚ ਨੂੰ ਅਦਾਲਤ ਚ ਪੇਸ਼ੇ ਲਈ ਲਜਾਇਆ ਜਾ ਰਹਾ 6.4 ਗ੍ਰਾਮ ਸਮੈਕ ਦੀ ਸਮਗਲਿ ਸਮਗਲਿੰਗ ਦਾ ਮਲਜਮ ਦਵਿੰਦਰ ਸਿੰਘ ਕਰਨਾਲ ਪੁਲਿਸ ਦੀ ਹਿਰਾਸਤ ਚੋਂ ਦੌੜ ਗਿਆ ਡੰਡੀ 6 ਮਾਰਚ ਨੂੰ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਜਬਰਦਨਾਮੇ ਮਲਜਮ ਜਤਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਨਾਏ ਜਾਣ ਪਿਛੋਂ ਉਹ ਸੁਰੱਖਿਆ ਮੁਲਾਜ਼ਮਾਂ ਨਾਲ ਤੱਕਾ ਮੁਕੀ ਕਰਕੇ ਫਰਾਰ ਹੋ ਗਿਆ ਡੰਡੀ ਬੰਦੀ ਅਪਰਾਧੀਆਂ ਦਾ ਜੇਲਾ ਹਸਪਤਾਲਾਂ ਅਦਾਲਤਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਕਬਜ਼ੇ ਚੋਂ ਫਰਾਰ ਹੋਣਾ ਮੁੱਖ ਰੂਪ ਨਾਲ ਉਹਨਾਂ ਦੀ ਸੁਰੱਖਿਆ ਲਈ ਤਨਾਤ ਮੁਲਾਜ਼ਮਾਂ ਦੀ ਲਾਪਰਵਾਹੀ ਦਾ ਹੈ ਨਤੀਜਾ ਹੈ ਡੰਡੀ ਇੱਥੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਕਈ ਮਾਮਲਿਆਂ ਚ ਪੁਲਿਸ ਮੁਲਾਜ਼ਮਾਂ ਦੇ ਸਿੱਤ ਪੱਖੋਂ ਪੂਰੀ ਤਰ੍ਹਾਂ ਫਿੱਟ ਨਾ ਹੁਣ ਕਾਰਨ ਵੀ ਕਹਦੇ ਭੱਜ ਨਿਕਲਣ ਚ ਸਫਲ ਹੋ ਜਾਂਦੇ ਹਨ ਡੰਡੀ ਕਿਸੇ ਨੂੰ ਧਿਆਨ ਚ ਰੱਖਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਰਵਿੰਦ ਸਿੰਘ ਸਾੰਗਵਾਨ ਨੇ ਮਰਦ ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਡਾਕਟਰਾਂ ਦੀ ਨਿਗਰਾਨੀ ਚ ਫਿਟਨੈਸ ਦੀ ਸਖਲਾਈ ਪ੍ਰਦਾਨ ਕਰਨ ਦਾ ਨਿਰਦੇਸ਼ ਦਿੱਤਾ ਹੈ ਡੰਡੀ ਉਨ੍ਹਾਂ ਜਾਂਚ ਬਿਊਰੋ ਦੇ ਨਿਰਦੇਸ਼ਕ ਨੂੰ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਗਈ ਅਸਲ ਸਰੀਰਕ ਫਿਟਨੈਸ ਸਖਲਾਈ ਬਾਰੇ ਰਿਪੋਰਟ ਲਾਉਣ ਲਈ ਕਿ ਹੈ ਜੋ ਵੱਖ-ਵੱਖ ਮਾਮਲਿਆਂ ਚ ਸ਼ੱਕੀਆਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜ ਨਹੀਂ ਸਕੇ ਡੰਡੀ ਇਸ ਲਈ ਅਜਹੀਆਂ ਘਟਨਾਵਾਂ ਨੂੰ ਰੋਕਣ ਲਈ ਜਿੱਥੇ ਅਪਰਾਧੀਆਂ ਨੂੰ ਫੜਨ ਲਈ ਸਿਰਫ ਸਰੀਰਕ ਪੱਖੋਂ ਪੂਰੀ ਤਰ੍ਹਾਂ ਫਟ ਪੁਲਿਸ ਮੁਲਾਜ਼ਮਾਂ ਨੂੰ ਹੀ ਭੇਜਣਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਅਪਰਾਧੀਆਂ ਦੇ ਮਾਮਲੇ ਦੀ ਸੁਣਵਾਈ ਜਾਂ ਤਾਂ ਜੇਲਾ ਅੰਦਰ ਵੀਡੀਓ ਕਾਨਫਰੈਂਸਿੰਗ ਰਾਹੀਂ ਕੀਤੀ ਜਾਵੇ ਜਾਂ ਕਚਾਰੀਆਂ ਚ ਜੰਗਲ ਪਾਣੀ ਆਦ ਲਈ ਪੱਕੇ ਪ੍ਰਬੰਧ ਕੀਤੇ ਜਾਣ ਡੰਡੀ ਜੇ ਅਜੇ ਹਾ ਨਹੀਂ ਕੀਤਾ ਜਾਵੇਗਾ ਤਾਂ ਅਪਰਾਧੀ ਇਸੇ ਤਰ੍ਹਾਂ ਪੁਲਿਸ ਹਿਰਾਸਤ ਚ ਫਰਾਰ ਹੁੰਦੇ ਰਹਿਣਗੇ ਆਮਨ ਕਾਨੂੰਨ ਦੇ ਹਾਲਤ ਦਾ ਮਜ਼ਾਕ ਉੱਡਦਾ ਰਹੇਗਾ ਅਤੇ ਹੋਰਨਾਂ ਅਪਰਾਧੀਆਂ ਦੇ ਹੌਸਲੇ ਵੱਧਦੇ ਰਹਿਣਗੇ ਡੰਡੀ ਸਟਾਰਟ ਭਾਰਤ ਚ ਔਰਤਾਂ ਅਤੇ ਬੱਚੀਆਂ ਅਜੇ ਵੀ ਸੰਘਰਸ਼ ਕਰ ਰਹੀਆਂ ਹਨ ਡੰਡਿੰਗ ਉਹਨਾਂ ਦਾ ਦਮਨ ਹੋ ਰਿਹਾ ਹੈ ਡੰਡਿੰਗ ਉਹਨਾਂ ਨਾਲ ਵਿਤਕਰਾ ਹੋ ਰਿਹਾ ਹੈ ਡੰਡਿੰਗ ਇਹ ਭਾਰਤ ਦੀਆਂ ਲੱਖਾਂ ਔਰਤਾਂ ਦੇ ਕਿਸਮਤ ਬਣ ਗਈ ਹੈ ਡੰਡੀ ਔਰਤਾਂ ਨਾਲ ਮਾੜਾ ਵਰਤਾਓ ਜ਼ਬਰ ਜਨਾ ਕਤਲ ਦੀਆਂ ਖਬਰਾਂ ਹਰ ਰੋਜ਼ ਸੁਰਖੀਆਂ 'ਚ ਰਹਿੰਦੀਆਂ ਹਨ ਡੰਡੀ ਰੋਜ਼ਾਨਾ ਪ੍ਰਤੀ ਮਿੰਟ ਦੇਸ਼ ਦੇ ਕਿਸੇ ਨਾਂ ਕਿਸੇ ਹਿੱਸੇ 'ਚ ਨਿਰਭਇਆ ਕਠੂਆ ਉਨਾਵ ਮੁਜਫਰਾ ਨਗਰ Telangana ਅਤੇ ਹਾਥਰਸ ਵਰਗੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਡੰਡੀ ਅਜਿਹੇ ਸਮਾਜ ਚ ਜੀ ਰਹੇ ਹਾਂ ਜਿੱਥੇ ਨੂਹਾਂ ਨੂੰ ਸਿਰਫ ਇਸ ਲਈ ਸਾੜ ਦਿੱਤਾ ਜਾਂਦਾ ਹੈ ਕਿ ਉਹ ਟਾ ਡਾਜ ਲੈ ਕੇ ਆਈਆਂ ਹਨ ਡੰਡੀ ਹਰ 77 ਮਿੰਟ ਚ ਇੱਕ ਅਜਹੀ ਹੱਤਿਆ ਹੁੰਦੀ ਹੈ ਡੰਡੀ ਬਾਲਕਾ ਭਰੂਣ ਹੱਤਿਆ ਸਿਰਫ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਉਹ ਕੁੜੀ ਹੈ ਡੰਡੀ ਫਿਰ ਵੀ ਤਮਾਸ਼ਾ ਜਾਰੀ ਹੈ ਡੰਡੀ ਅਸੀਂ ਸੋਮਵਾਰ ਕਮੰਤਰੀ ਮਹਿਲਾ ਦਿਵਸ ਮਨਾਇਆ ਡੰਡੀ ਸਰਕਾਰ ਨੇ ਕਈ ਸਮਾਰੋਹ ਅਜੋਜਤ ਕੀਤੇ ਅਤੇ ਮਹਿਲਾ ਯੋਧਿਆਂ ਦੀ ਸ਼ਲਾਘਾ ਕੀਤੀ ਡੰਡੀ ਲੋਕ ਸਭਾ ਦੇ ਸਪੀਕਰ ਨੇ ਮਹਿਲਾ ਪੱਤਰਕਾਰਾਂ ਲਈ ਦੁਪਹਿਰ ਦੇ ਭੋਜਨ ਦਾ ਆਯੋਜਨ ਕੀਤਾ ਡੰਡੀ ਸੁਪਰੀਮ ਕੋਰਟ ਨੇ 14 ਸਾਲ ਦੀ ਇੱਕ ਗਰਭਵਤੀ ਜ਼ਬਰਜਨਾ ਦਾ ਸ਼ਿਕਾਰ ਕੁੜੀ ਦੇ ਮਾਮਲੇ ਨੂੰ ਸੁਣਦੇ ਹੋਏ ਕਿਹਾ ਕਿ ਅਸੀਂ ਔਰਤਾਂ ਨੂੰ ਸਰਬ ਉੱਚ ਸਤਕਾਰ ਦੰਦੇ ਹਾਂ ਡੰਡਿੰਗ ਅਦਾਲਤ ਉਕਤ ਬੱਚੇ ਦਾ ਭਰੂਣ ਡੇਗਣ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਡੰਡਿੰਗ ਕਈ ਹਵਾਈ ਅੱਡਿਆਂ ਤੇ ਐਟਸ ਨੂੰ ਚਲਾਉਣ ਦਾ ਕੰਮ ਮੁਕੰਮਲ ਰੂਪ ਚਾ ਔਰਤਾਂ ਨੂੰ ਸੌਂਪਿਆ ਗਿਆ ਹੈ ਡੰਡੀ ਮਹਾਰਾష్ట్ర ਦੇ ਹਰ ਜ਼ਿਲ੍ਹੇ ਚ ਸਿਰਫ ਔਰਤਾਂ ਲਈ 5 ਕਰੋਨਾ ਵੈਕਸੀਨੇਸ਼ਨ ਕੇਂਦਰ ਸਥਾਪਿਤ ਕੀਤੇ ਗਏ ਡੰਡੀ ਇਸ ਤੇ ਕਿਸੇ ਨੇ ਕਿਹਾ ਕਿ ਅਸੀਂ ਔਰਤਾਂ ਲਈ ਇੱਕੋ ਜਿਹੇ ਮੌਕੇ ਦੇਣ ਦੀ ਛਾਚੰਗ ਕੰਮ ਕਰ ਰਹੇ ਹਾਂ ਡੰਡੀ ਇਸ ਸੰਬੰਧੀ ਅਸੀਂ ਵੱਖ-ਵੱਖ ਖੇਤਰਾਂ ਚ 25 30 ਫਸਦੀ ਮਹਿਲਾ ਮੁਲਾਜ਼ਮਾਂ ਦੀ ਭਰਤੀ ਕਰ ਰਹੇ ਹਾਂ ਡੰਡੀ ਦੂਜੇ ਪਾਸੇ ਪੰਜਾਬ ਦੀਆਂ ਔਰਤਾਂ ਟਿਕਰੀ ਦੀ ਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ ਚ ਹਿੱਸਾ ਲੈ ਰਹੀਆਂ ਹਨ ਡੰਡੀ ਜੇ ਅਸੀਂ ਭਾਰਤ ਚ ਔਰਤਾਂ ਦੀ ਸਥਿਤੀ ਦਾ ਪੈਮਾਨਾ ਸੰਸਦ ਨੂੰ ਬਣਾਈਏ ਤਾਂ ਉਮੀਦ ਦੀ ਕਿਰਨ ਨਜ਼ਰ ਨਹੀਂ ਆਉਂਦੀ ਡੰਡੀ ਮਜੂਦਾ ਲੋਕ ਸਭਾ ਚ ਮੈਲਾ ਮੈਂਬਰਾਂ ਦੀ ਗਿਣਤੀ ਸਭ ਤੋਂ ਘੱਟ ਹੈ ਡੰਡੀ ਇਹ ਸਿਰਫ 14 ਫਸੀਦੀ ਹੈ ਜੋ 24 ਫਸੀਦੀ ਦੀ ਵਿਸ਼ਵ ਔਸਤ ਤੋਂ ਵੀ ਘੱਟ ਹੈ ਡੰਡੀ 1950 ਚ ਸੰਸਦ ਚ 5 ਫਸੀਦੀ ਮਹਿਲਾ ਮੈਂਬਰ ਸਨ ਡੰਡੀ ਅੱਜ 69 ਸਾਲ ਬਾਅਦ ਉਹਨਾਂ ਦੀ ਗਿਣਤੀ ਵਿੱਚ ਸਿਰਫ 9 ਫਸੀਦੀ ਦਾ ਵਾਅਦਾ ਹੋਇਆ ਹੈ ਡੰਡੀ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਖੇਤਰ ਚ ਵਾਅਦਾ ਕਿੰਨਾ ਮੱਠਾ ਰਿਹਾ ਹੈ ਡੰਡੀ ਇਹ ਨਹੀਂ ਇਸ ਮਾਮਲੇ ਚ ਭਾਰਤ ਆਪਣੇ ਕੁਝ ਗਵਾਂਢੀ ਦੇਸ਼ਾਂ ਤੋਂ ਵੀ ਬਹੁਤ ਪਿੱਛੇ ਹੈ ਡੰਡੀ ਅਫਗਾਨਿਸਤਾਨ ਚ 27.7 ਫਸਿਦੀ ਪਾਕਿਸਤਾਨ ਚ 20.6 ਫਸਿਦੀ ਅਤੇ ਸਾウਦੀ ਅਰਬ ਚ 19.9 ਫਸਿਦੀ ਔਰ ਤਾਂ ਆਪਣੇ ਆਪਣੇ ਸੰਸਦ ਚ ਮੈਂਬਰ ਹਨ ਡੰਡੀ ਤ੍ਰਿਪੁਰਾ ਨਾਗaland ਉਰਨਾਚਲ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਲੋਕ ਸਭਾ ਚ ਇੱਕ ਵੀ ਮਹਿਲਾ ਮੈਂਬਰ ਨਹੀਂ ਡੰਡੀ ਨਾਗaland ਚ ਤਾਂ ਅਜੇ ਤੱਕ ਕੋਈ ਵੀ ਮਹਿਲਾ ਵਿਧਾਇਕ ਨਹੀਂ ਚੁਣੀ ਗਈ ਡੰਡੀ ਲਗਭਗ 8000 ਉਮੀਦਵਾਰਾਂ ਚੋਂ 724 ਮਹਿਲਾ ਉਮੀਦਵਾਰਾਂ ਨੇ ਚੋਣ ਲੜੀ ਡੰਡੀ ਕਾਂਗਰਸ ਨੇ 54 ਭਾਵ 13 ਫਸੀਦੀ ਭਾਜਪਾ ਨੇ 53 ਭਾਵ 12 ਫਸੀਦੀ ਮਾਇਆਵਤੀ ਦੀ बसपा ਨੇ 24 ਮਮਤਾ ਦੀ ਤ੍ਰਿੰਰਮੂਲ ਕਾਂਗਰਸ ਨੇ 23 ਪਟਨਾਇਕ ਦੀ ਬੀਜੂ ਜਨਤਾ 당ਲ ਨੇ 33 ਫਸੀਦੀ ਮਕਪਾ ਨੇ 10 ਭਾਕਪਾ ਨੇ 4 ਅਤੇ ਪਵਾਰ ਦੀ ਐਨਸੀਪੀ ਤੋਂ ਇੱਕ ਔਰਤ ਨੇ ਚੋਣ ਲੜੀ ਡੰਡੀ 4 트랜스젠ਡਰ ਉਮੀਦਵਾਰਾਂ ਨੇ ਵੀ ਚੋਣ ਲੜੀ ਡੰਡੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਇੱਕ 트랜스젠ਡਰ ਉਮੀਦਵਾਰ ਨੂੰ ਮੈਦਾਨ ਚ ਉਤਾਰਿਆ ਡੰਡੀ ਵਿਧਾਨ ਸਭਾਵਾਂ ਚ ਸਥਿਤੀ ਹੋਰ ਵੀ ਖਰਾਬ ਹੈ ਡੰਡੀ ਉਹਨਾਂ ਦੇ ਵਿੱਦਿਕ ਹਾਲਤ ਵੀ ਮਾੜੀ ਹੈ ਡੰਡੀ 232 ਉਮੀਦਵਾਰ ਪਵ 32 ਫਸੀਦੀ ਨੇ ਆਪਣੀ ਵਿਦਿਕ ਯੋਗਤਾ 5 ਤੋਂ 12 ਪਾਸ ਤੱਕ ਦਰਸਾਈ ਡੰਡੀ 37 ਉਮੀਦਵਾਰਾਂ ਨੇ ਕਿਹਾ ਕਿ ਉਹ ਸਿਰਫ ਸਾਖਰ ਹਨ ਡੰਡੀ 26 ਉਮੀਦਵਾਰ ਅਨਪੜ੍ਹ ਸਨ ਜਦਕਿ ਬਾਕੀ ਗ੍ਰੈਜੂਏਟ ਸਨ ਡੰਡੀ ਇਸ ਤੋਂ ਇਲਾਵਾ ਅੱਜ ਦੇਸ਼ ਚ ਵਜੇ ਮਹਿਲਾ ਆਗੂ ਹੀ ਹਨ ਡੰਡੀ ਇਨ੍ਹਾਂ ਚ ਸੋਨੀਆ ਗਾਂਧੀ ਮਮਤਾ ਬੈਨਰਜੀ ਅਤੇ ਮਾਇਆਵਤੀ ਆਦ ਪ੍ਰਮੁੱਖ ਹਨ ਡੰਡੀ ਇੰਦਰਾ ਗਾਂਧੀ ਅਤੇ ਜੈ ਲਲਤਾ ਦਾ ਦੇਹਾਂਤ ਹੋ ਚੁੱਕਾ ਹੈ ਡੰਡੀ ਆਜ਼ਾਦੀ ਸੰਗਰਾਮ 24 ਸਾਡੇ ਦੇਸ਼ ਚ ਸਰੋਜਨੀ ਨਾਇਡੂ ਸੁਚੇਤਾ ਕ੍ਰਿਪਲਾਨੀ ਅਰਣਾ ਆਸਵ ਅਲੀ ਦੁਰਗਾ ਬਾਈ ਦੇਸ਼ਮੁਖ ਅਤੇ ਸविता ਫੂਲੇ ਵਰਗੀਆਂ ਮਹਿਲਾ ਆਜ਼ਾਦੀ ਕੁਲਾਟੀਆਂ ਨੇ ਮਰਦ ਆਜ਼ਾਦੀ ਕੁਲਾਟੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਜ਼ਾਦੀ ਦੀ ਲੜਾਈ ਲੜੀ ਡੰਢੀ ਉਹਨਾਂ ਨੇ ਨਾ ਸਿਰਫ ਪਿੱਤਰ ਪ੍ਰਧਾਨ ਸਮਾਜ ਨੂੰ ਨજર ਅੰਦਾਜ਼ ਕੀਤਾ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਵੀ ਰਾਹ ਪੱਧਰਾ ਕੀਤਾ ਡੰਡੀ ਆਜ਼ਾਦੀ ਪਿੱਛੋਂ ਭਾਰਤ ਚ ਔਰਤਾਂ ਦੂਜੇ ਦਰਜੇ ਦੀਆਂ ਬਣ ਗਈਆਂ ਹਨ ਡੰਡੀ ਇੱਥੇ ਨਾ ਸਿਰਫ ਨੇਤਾ ਸਗੋਂ ਔਰਤਾਂ ਹੀ ਬੇ ਲੋੜੀਆਂ ਅਤੇ ਬੇ ਧਿਆਨੀਆਂ ਬਣ ਗਈਆਂ ਹਨ ਡੰਡੀ ਕੁੱਲ ਮਿਲਾਕੇ ਸਾਡਾ ਸਮਾਜ ਅਜ ਵੀ ਪਿੱਤਰ ਪੱਖੀ ਸੋਚ ਰੱਖਦਾ ਹੈ ਡੰਡੀ ਇਸ ਕਾਰਨ ਔਰਤਾਂ ਅਤੇ ਬੱਚੀਆਂ ਅਜੇ ਵੀ ਇੱਕ ਆਸਰਖਿਤ ਵਾਤਾਵਰਣ ਚ ਰਹਿੰਦੀਆਂ ਹਨ ਡੰਡੀ ਉਹਨਾਂ ਨੂੰ ਸੈਕਸ ਦੀ ਵਰਤੋਂ ਵੱਜੋਂ ਮਰਦਾਂ ਦੀ ਸੈਕਸ ਦੀ ਭੁੱਖ ਨੂੰ ਬਜਾਉਣ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ ਡੰਡੀ ਉਹਨਾਂ ਨੂੰ ਹਰ ਥਾਂ ਤੇ ਸਮਝੌਤਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਡੰਡੀ ਸਾਡੇ ਆਗਵਾ ਨੂੰ ਔਰਤਾਂ ਨੂੰ ਵੱਖ-ਵੱਖ ਬੰਦਨਾ ਤੋਂ ਮੁਕਤ ਕਰਨ ਚ ਮਦਦ ਕਰਨ ਲਈ ਅੱਗੇ ਆਉਣਾ ਹੋਵੇਗਾ ਡੰਡੀ ਉਹਨਾਂ ਨੂੰ ਖੁੱਲੇ ਮਾਹੌਲ ਚ ਟੁਕ ਮੇਂ ਤਾਂ ਦਬਾਉਣੇ ਹੋਵੇਗੇ ਡੰਡੀ ਔਰਤਾਂ ਲਈ ਰਿਜ਼ਰਵੇਸ਼ਨ ਨਾਲ ਇਸ ਮਾਮਲੇ 'ਚ ਮਦਦ ਮਿਲੇਗੀ ਡੰਡੀ ਔਰਤਾਂ ਦੇ ਅਧਿਕਾਰਾਂ ਸੰਬੰਧੀ ਕ੍ਰਾਂਤੀਕਾਰੀ ਤਬਦੀਲੀ ਦੀ ਲੋੜ ਹੈ ਡੰਡੀ ਸਿਰਫ ਗੱਲਾਂ ਕਰਨ ਨਾਲ ਕੰਮ ਨਹੀਂ ਚੱਲੇਗਾ ਡੰਡੀ ਸਾਨੂੰ ਇਸ ਗੱਲ ਨੂੰ ਧਿਆਨ 'ਚ ਰੱਖਣਾ ਹੋਵੇਗਾ ਕਿ ਕਿਸੇ ਵੀ ਦੇਸ਼ ਦੀ ਵਕਤੀ ਦਾ ਪਮਾਨਾ ਉਸ ਦੇਸ਼ ਦੀਆਂ ਔਰਤਾਂ ਨਾਲ ਕੀਤਾ ਗਿਆ ਰਵਈਆ ਹੈ ਡੰਡੀ ਦੁਨੀਆ ਦੇ ਕਲਿਆਣ ਦਾ ਉਦੋਂ ਤੱਕ ਕੋਈ ਉਪਾਅ ਨਹੀਂ ਹੈ ਜਦੋਂ ਤੱਕ ਔਰਤਾਂ ਦੀ ਸਥਿਤੀ ਚ ਸੁਧਾਰ ਨਹੀਂ ਆਉਂਦਾ ਡੰਡੀ ਵਰਦੇ ਨੋ ਦੇਖਣ ਕਿ ਇੱਕ ਪਾਸੇ ਤਾਂ ਖਤਰਨਾਕ ਅਪਰਾਧੀਆਂ ਨੂੰ ਡਰ ਲੱਗਦਾ ਹੈ ਉੱਥੇ ਦੂਸਰੇ ਪਾਸੇ ਕਮਜ਼ੋਰ ਪੀੜਤ ਤੇ ਬੇਸਹਾਰਾ ਵਿਅਕਤੀ ਵਰਦੀ ਤੋਂ ਸਰਪ੍ਰਸਤੀ ਸੁਰੱਖਿਆ ਅਤੇ ਪਨਾਹ ਵਾਲੀ ਥਾਂ ਪਾਲਦਾ ਹੈ ਡੰਡੀ ਬਿਨਾ ਸ਼ੱਕ ਪੁਲਿਸ ਦਾ ਮੁੱਖ ਕੰਮ ਅਪਰਾਧੀਆਂ ਨੂੰ ਸਿੱਖਾਂ ਦੇ ਪਿੱਛੇ ਪਹੁੰਚਾਉਣਾ ਹੈ ਅਤੇ ਦੁਸ਼ਟਾਂ ਤੇ ਸਕੰਜਾ ਕਸਣਾ ਹੈ ਪਰ ਜਦੋਂ ਉਸ ਅਪਰਾਧੀ ਨੇ ਖੱਦਰ ਦਾ ਸਫੇਦ ਕਵਚ ਪੈਨਿਆ ਹੋਵੇ ਜਾਂ ਫਿਰ ਉਹ ਖੁਦ ਸੱਤਾ ਤਾਰੇ ਬਣ ਕੇ ਆਪਣੇ ਜਾਇਜ ਨਜਾਇਜ਼ ਹੁਕਮਾਂ ਦੇ ਪਾਲਣਾ ਲਈ ਮਜਬੂਰ ਹੈ ਕਰਦਾ ਹੋਵੇ ਤਾਂ ਅਜਹਿ ओके ਸਮੇ ਚ ਵਰਦੀ ਰੂਪੇ ਆਤਮ ਤਤ ਹੀ ਪੁਲਿਸ ਮੁਲਾਜ਼ਮ ਦੇ ਫਰਜ ਧਰਮ ਦੇ ਪਾਲਣਾ ਲਈ ਇੱਕ ਸੱਚਾ ਸਿਰਜਣ ਸੈਨਿਕ ਬਣ ਕੇ ਆਪਣੇ ਫਰਜ ਨੂੰ ਨਿਭਾਉਣ ਲਈ ਹਿੰਮਤ ਕਰਦਾ ਹੈ ਡੰਡੀ ਵਰਦੀ ਨਾਲ ਅਜਿਹਾ ਤਨ ਮਨ ਦਾ ਬਲ ਮਿਲਦਾ ਹੈ ਜਿਵੇਂ ਉਸ ਨੂੰ ਕਿਸੇ ਡੈਨੈਮੋ ਤੋਂ ਇਕੱਠਾ ਕੀਤਾ ਗਿਆ ਹੋਵੇ ਤੇ ਸੰਭਾਲਿਆ ਗਿਆ ਹੋਵੇ ਡੰਡੀ ਖਾਕੀ ਵਰਦੇ ਪਹਿਨਣਾ ਫੁੱਲਾਂ ਦੀ ਸੇਜ ਨਹੀਂ ਹੈ ਡੰਡੀ ਇਸ ਪੜਸ ਮਾਰਗ ਦੇ ਹਰ ਕਦਮ ਤੇ ਚੁਬਣ ਵਾਲੇ ਠੇਰਾ ਕੰਡੇ ਕਦਮਦਾਰ ਹੈ ਕਦਮ ਵਿਸ਼ੇ ਹਨ ਡੰਡੀ ਪੁਲਿਸ ਮੁਲਾਜ਼ਮਾਂ ਨੂੰ ਨੰਗੀ ਤਲਵਾਰ ਤੇ ਚੱਲਣਾ ਪੈਂਦਾ ਹੈ ਜੋ ਦੋਵਾਂ ਪਾਸਿਆਂ ਤੋਂ ਕੱਟਦੀ ਹੈ ਡੰਡੀ ਇਸ ਲਈ ਹਰ ਪੁਲਿਸ ਮੁਲਾਜ਼ਮ ਨੂੰ ਹਮੇਸ਼ਾ ਚੁਕੰਨਾ ਤੇ ਚੌਕਸ ਰਹਿਣਾ ਚਾਹੀਦਾ ਹੈ ਡੰਡੀ ਜਾਣੇ ਅਣਜਾਣੇ ਕੋਈ ਵੀ ਅਜੀਹਾ ਘਟਿਆ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਵਰਦੀ ਦੀ ਸ਼ਾਨ ਖਾਕ ਵਿੱਚ ਮਿਲ ਜਾਵੇ ਡੰਡੀ ਪੁਲਿਸ ਮੁਲਾਜ਼ਮਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ ਅਧਿਕਾਰ ਦੇ ਦਮ ਤੇ ਅਪਰਾਧਾਂ ਨੂੰ ਨਹੀਂ ਰੋਕਿਆ ਜਾ ਸਕਦਾ ਡੰਡੀ ਇਸੇ ਤਰ੍ਹਾਂ ਤਨਾਡ ਲੋਕਾਂ ਜਾਂ ਫਿਰ ਸਿਆਸਦਾਨਾਂ ਦੇ ਅੱਗੇ ਆਪਣੇ ਸੁਆਰਥ ਲਈ ਗੋਡੇ ਟੇਕ ਦੇਣਾ ਪੁਲਿਸ ਦੀ ਸ਼ਾਨ ਨੂੰ ਕਲੰਕਿਤ ਕਰ ਦਿੰਦਾ ਹੈ ਡੰਡਿੰਗ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਵੇਚ ਦਿੱਤਾ ਹੋਵੇ ਉਹ ਹੀ ਖਰੀਦਦਾਰਾਂ ਦੁਆਰਾ ਲੱਭੇ ਜਾਂਦੇ ਹਨ ਪਰ ਸ਼ੇਰ ਖਰੀਦੇ ਨਹੀਂ ਜਾਂਦੇ ਕਿਉਂਕਿ ਉਹ ਵਕਾਉ ਨਹੀਂ ਹੁੰਦੇ ਡੰਢੀ ਥਾਕੇ ਵਰਦੇ ਤਾਂ ਉੱਚ ਇਸ਼ਾਮਾਂ ਨਾਲ ਆਪਣੇ ਅੰਦਰ ਛਿਪੇ ਹੀਰੇ ਨੂੰ ਲੱਭਣਾ ਤਰਾਸ਼ਣ ਅਤੇ ਹਰ ਚੁਣੌਤੀਆਂ ਦਾ ਸਾਮਣਾ ਕਰਨ ਦੀ ਪ੍ਰੇਰਣਾ ਦਿੰਦੇ ਹੈ ਡੰਡਿੰਗ ਪੁਲਿਸ ਮੁਲਾਜ਼ਮ ਨੂੰ ਅਰਜੁਨ ਵਾਂਗ ਵਧੀਆ ਫੌਜੀ ਬਣ ਕੇ ਅਤਿਆਚਾਰ ਕਰਨ ਵਾਲਿਆਂ ਅਤੇ ਦੁਰਾਚਾਰੀਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਡੰਡਿੰਗ ਪੁਲਿਸ ਵਰਦੀ ਦਾ ਅਸਲ ਬਲ ਵਰਦੀ ਧਾਰੇ ਧਾਰੇ ਦੇ ਜਮੀਰ ਹੁੰਦੇ ਹੈ ਅਤੇ ਇਹ ਇਸ ਲਈ ਵੀ ਹੈ ਕਿ ਜਦੋਂ ਪੁਲਿਸ ਮੁਲਾਜ਼ਮ ਆਪਣੇ ਫਰਜ਼ ਨਿਭਾਉਣ ਲਈ ਜਨਤਾ درمیان ਜਾਂਦਾ ਹੈ ਤਾਂ ਕਾਨੂੰਨ ਵੱਲੋਂ ਦਿੱਤੀਆਂ ਉਸ ਦੀਆਂ ਸ਼ਕਤੀਆਂ ਦੇ ਨਾਲ-ਨਾਲ ਉਸ ਦਾ ਨਿੱਜੀ ਵਤੀਰਾ ਅਤੇ ਚਰਿੱਤਰ ਚਿੰਤਨ ਉਸ ਦੇ ਕਾਰਜਾਂ ਰਾਹੀਂ ਝਲਕਦਾ ਹੈ ਅਤੇ ਉਹ ਝਲਕ ਰਾਸ਼ਟਰ ਚ ਆਪਣੀ ਅਮਿੱਟ ਛਾਪ ਛੱड़ਦੀ ਹੈ ਡੰਡੀ ਪੁਲਸ ਮੁਲਾਜ਼ਮ ਦਾ ਬਾਹਰੀ ਲਿਬਾਸ ਅਤੇ ਜੋ ਵੀ ਵਿਸ਼ੇਸ਼ ਪਹਿਰਾਵਾ ਪਾਵੇ ਵਰਦੀ ਖਾਕੀ ਰੰਗ ਵਾਲੀ ਸਾਫ਼ ਸੁਥਰੀ ਤੋਤੀ ਹੋਈ ਖਿੜੀ-ਖਿੜੀ ਪ੍ਰਸੰਗ ਕੀਤੀ ਹੋਈ ਚੁਸਤ ਦਰਸਤ ਸਮਾਰਟ ਵਰਦੀ ਵਾਲੇ ਬੰਕੇ ਜਵਾਨ ਚ ਗਜਬ ਦਾ ਆਕਰਸ਼ਨ ਤਾਂ ਪੈਦਾ ਕਰਦੇ ਹੀ ਹੈ ਪਰ ਇਸ ਦੇ ਨਾਲ-ਨਾਲ ਵਰਦੀ ਦੀ ਅੰਦਰੋਨੀ ਪਵਿੱਤਰਤਾ ਰੂਪੇ ਸੁਚਤਾ ਜਮੀਰ ਨੋ ਆਪਣੇ ਵਤੀਰੇ ਚ ਲਿਆ ਕੇ ਵਰਦੀ ਦੀ ਬਹੁਮੁਖੀ ਸ਼ਾਨ ਨੋ ਲੋਕਾਂ ਦੇ ਸਾਹਮਣੇ ਵੀ ਪ੍ਰਗਟ ਕਰਦੀ ਹੈ ਡੰਡੀ ਜਦੋਂ ਜਵਾਨ ਦਾ ਸਰੀਰ ਵਸਤਰ ਚਤ ਮਨ ਅਤੇ ਆਤਮਾ ਅਧਿਆਤਮਿਕ ਸੰਵੇਦਨਾ ਨਾਲ ਭਰਪੂਰ ਹੋ ਕੇ ਆਪਣੇ ਕੰਮ ਵਾਲੀ ਥਾਂ ਤੇ ਉਤਰਦਾ ਹੈ ਤਾਂ ਉਸ ਦੀ ਵਰਦੀ ਰਾਟਰ ਅਤੇ ਮਨੁੱਖ ਮਾਤਰ ਦੀ ਉਜਵਲ ਸੁਰੱਖਿਆਾਤਮਿਕ ਆਸ ਦਾ ਪ੍ਰਤੀਕ ਬਣਦੀ ਹੈ ਡੰਡੀ ਪਰ ਕੁਝ ਪੁਲਿਸ ਮੁਲਾਜ਼ਮ ਆਪਣੀ ਵਰਦੀ ਨੂੰ ਆਮ ਲਿਬਾਸ ਵਾਂਗ ਪਹਿਣਾ ਲੈਂਦੇ ਹਨ ਅਤੇ ਉਹਨਾਂ ਨੂੰ ਦੇਖ ਕੇ ਅਪਰਾਧੀ ਤੇ ਚਲਾਕ ਲੋਕ ਹੋਰ ਵੀ ਸਰਗਰਮ ਹੋ ਜਾਂਦੇ ਹਨ ਡੰਡੀ ਸਥਿਤੀ ਤਾਂ ਉਸ ਸਮੇ ਹਾਸੋ ਹੀਣੀ ਤੇ ਹੈਰਾਨੀ ਜਨਕ ਹੋ ਹੰਦੀ ਹੈ ਜਦੋਂ ਕੁਝ ਕੁਝ ਪੁਲਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਚ ਤਤ ਹੋ ਕੇ ਸੜਕਾਂ ਤੇ ਡਿੱਗੇ ਪਏ ਮਿਲਦੇ ਹਨ ਅਤੇ ਕੁੱਤੇ ਉਹਨਾਂ ਦੇ ਚਿਹਰੇ ਅਤੇ ਮੂੰਹ ਨੂੰ ਚੱਟ ਰਹੇ ਹੁੰਦੇ ਹਨ ਡੰਡੀ ਅਜੇਹ ਚ ਸੰਪੂਰਨ ਵਿਪਾਗ ਸਵਾਲਾਂ ਦੇ ਘੇਰੇ ਚ ਆ ਜਾਂਦਾ ਹੈ ਅਤੇ ਪੁਲਿਸ ਦਾ ਚਿਹਰਾ ਦਾਗਦਾਰ ਹੋ ਜਾਂਦਾ ਹੈ ਡੰਡੀ ਇੱਕ ਪੁਲਿਸ ਅਧਿਕਾਰੀ ਦੇ ਅਜੇਹ ਲਾਪਰਵਾਹੀ ਸੁਮੁੱਚੇ ਪੁਲਸ ਬਲ ਦੇ ਬਦਨਾਮੀ ਦਾ ਕਾਰਨ ਬਣ ਜਾਂਦੀ ਹੈ ਡੰਡੀ ਜੇਕਰ ਪੁਲਸ ਬਲ ਦੀ ਲੀਡਰਸ਼ਿਪ ਹੀ ਆਪਣੀ ਵਰਦੀ ਦੀ ਸਾਖ ਨੂੰ ਸੁਰੱਖਿਤ ਨਾ ਰੱਖ ਸਕੇ ਤਾਂ ਜੂਨੀਅਰ ਕਰਮਚਾਰੀ ਆਪਣੇ ਵਰਦੀ ਦੇ ਸ਼ਾਨ ਨੂੰ ਕਿਵੇਂ ਸਹੀ ਰੱਖ ਸਕਣਗੇ ਡੰਡੀ ਪੁਲਿਸ ਮੁਲਾਜ਼ਮ ਦਾ ਅਜੇ ਹਾ ਰੂਪ ਨਾ ਹੋਵੇ ਜਿਸ ਦੀ ਗੋਗੜ ਵਧੀ ਹੋਵੇ ਦਿਮਾਗ ਚ ਅਕਲ ਘਟ ਤੂੜੀ ਵਧ ਮੂੰ ਚ ਬਦਬੂ ਮਾਰਦਾ ਹੋਵੇ ਪ੍ਰਸ਼ਟ ਵਿਅਕਤੀ ਨਾਲ ਸੰਬੰਧ ਜੋੜਨ ਵਾਲਾ ਕਮਜ਼ੋਰ ਅਤੇ ਲੋੜਵੰਦਾਂ ਦੀ ਬਜਾਏ ਅਮੀਰਾਂ ਅਤੇ ਸਿਆਸਦਾਨਾਂ ਪ੍ਰਤੀ ਜ਼ਿਆਦਾ ਜਵਾਬ ਦੇ ਹੋਵੇ ਡੰਡੀ ਭਾਰਤ ਅਤੇ ਪਾਕਿਸਤਾਨ ਸਰਹੱਦ ਤੇ ਗੋਲੀਬੰਦੀ ਨਾਲ ਸੰਬੰਧਤ ਮਸਲਿਆਂ ਤੇ ਸ਼ਾਂਤੀ ਬਹਾਲ ਕਰਨ ਦੇ ਉਦੇਸ਼ ਨਾਲ ਸਾਰੇ ਅਸਤਿਤਵਤੀ ਸਮਝੌਤਿਆਂ ਨੂੰ ਲਾਗੂ ਕਰਨ ਲਈ ਰਾਜੀ ਹੋ ਗਏ ਹਨ ਡੰਡੀ ਦੋਵਾਂ ਮੁਲਕਾਂ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਡੀ ਜੀ ਐਮਓ ਦਰਮਿਆਨ 22 ਫਰਵਰੀ ਨੂੰ ਹੌਟਲਾਈਨ ਤੇ ਲੰਬੀ ਗੱਲਬਾਤ ਉਪਰੰਤ ਇਹ ਸਹਿਮਤੀ ਬਣੀ ਫਿਰ 24 ਅਤੇ 25 ਫਰਵਰੀ ਦੀ ਅੱਧੀ ਰਾਤ ਤੋਂ ਇਸ ਸਮਝੌਤੇ ਨੂੰ ਲਾਗੂ ਕਰਨ ਬਾਰੇ ਹੁਕਮ ਜਾਰੀ ਕਰਨ ਦਿੱਤਾ ਗਿਆ ਡੰਡੀ ਇਸ ਤੋਂ ਤੁਰੰਤ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਫੌਜ ਦੇ ਇਸ ਫੈਸਲੇ ਦੀ ਪਿੱਠ ਠੋਕਦਿਆਂ ਸਮਝੌਤੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਭਾਰਤ ਨਾਲ ਕਸ਼ਮੀਰ ਸਮੇਤ ਸਾਰੇ ਅਪੂਰਨ ਮਸਲਿਆਂ ਬਾਰੇ ਵਿਚਾਰ ਚਰਚਾ ਕਰਨ ਲਈ ਤਿਆਰ ਹੈ ਡੰਡੀ ਸਵਾਲ ਪੈਦਾ ਹੁੰਦਾ ਹੈ ਕਿ ਉਹ ਕਿਹੜੇ ਮੁੱਦਲੇ ਅਤੇ ਲੰਬਿਤ ਪਏ ਅਜਿਹੇ ਸਮਝੌਤੇ ਹਨ ਜਿਨ੍ਹਾਂ ਨੂੰ ਪਾਕਿਸਤਾਨ ਅਮਲੇ ਜਾਮਾ ਪਹਿਨਾਉਣਾ ਚਾਹੁੰਦਾ ਹੈ ਡੰਡੀ ਗੋਲੀਬੰਦੀ ਲਾਗੂ ਕਰ ਲਾਗੂ ਕਰਕੇ ਸ਼ਾਂਤੀ ਬਹਾਲ ਕਰਨ ਖਾਤਰ ਪੁੱਟਿਆ ਗਿਆ ਇਹ ਕਦਮ ਪ੍ਰਸ਼ੰਸਾਯੋਗ ਹੈ ਜੇਕਰ ਪਾਕਿਸਤਾਨ ਦੇ ਇਰਾਦੇ ਨੇਕ ਹੋਣ ਪ੍ਰਸ਼ੰਚਨ ਮੁਲਕ ਦੀ ਵੰਡ ਤੋਂ ਤੁਰੰਤ ਬਾਅਦ ਜਦੋਂ ਪਾਕਿਸਤਾਨੀ ਧੜਵੀਆਂ ਅਤੇ ਫੌਜ ਨੇ ਕਸ਼ਮੀਰ ਚ ਕੋਸਪੈਠੇ ਕੀਤੀ ਤਾਂ ਭਾਰਤੀ ਫੌਜ ਨੇ ਦੁਸ਼ਮਣਾਂ ਨੂੰ ਭਾਜੜਾ ਪਾਉਣੀਆਂ ਸ਼ੁਰੂ ਕਾਰ ਦਿੱਤੀਆਂ ਡੰਡੀਆਂ ਫਿਰ ਸਨ 1948 ਚ ਸੰਯੁਕਤ ਰਾਟਰ ਦੇ ਦੇਖ ਰੇਖੇ ਹੇਠ ਜੰਗਬੰਦੀ ਰੇਖਾ ਸੀ ਐਫ ਐਲ ਹੁੰਦਾਂ ਚ ਆਈ ਪਰ ਇਹ ਰੇਖਾਂ ਖੋਰ ਤੱਕ ਹੀ ਸੀਮਤ ਰਹਿੰਤੇ ਅੱਗੇ ਉੱਤਰ ਵੱਲ ਪੈਂਦੇ ਸਿਆਚਨ ਗਲੇਸ਼ੀਅਰ ਵੱਲ ਨੂੰ ਸਪਸ਼ਟ ਨਾਂ ਕੀਤੇ ਗਏ ਡੰਡੀ ਇਸ ਨੇ ਸਿਆਚਨਵਾਦ ਵਿਵਾਦ ਨੂੰ ਜਨਮ ਦਿੱਤਾ ਡੰਡੀ ਸੰਦੇ ਅਨੁਸਾਰ ਹੋਰ ਨਾ ਮੁੱਦਿਆਂ ਤੋਂ ਇਲਾਵਾ ਪਾਕਿਸਤਾਨ ਨੇ ਆਪਣੀਆਂ ਫੌਜਾਂ ਨੂੰ ਵਾਪਸ ਨਾ ਬੁਲਾਇਆ ਡੰਡੀ ਫਿਰ ਸਨ 1900 ਪੈਂਟ ਚ ਪਾਕਿਸਤਾਨ ਨੇ ਸੀ ਐਫ ਐਲ ਦੀ ਉਲੰਘਣਾ ਕਰਦਿਆਂ ਹਜ਼ਾਰਾਂ ਦੀ ਗਿਣਤੀ ਚ ਕੁਸ ਬੈਠੀਆਂ ਨੂੰ ਜੰਮੂ ਕਸ਼ਮੀਰ ਚ ਧਕੇਲਣਾ ਸ਼ੁਰੂ ਕਰ ਦਿੱਤਾ ਡੰਡੀ ਸਨ 1971 ਦੇ ਭਾਰਤ ਪਾਕਿਸਤਾਨ ਯੁੱਧ ਉਪਰੰਤ 1972 ਚ ਸ਼ਿਮਲਾ ਸਮਝੌਤਾ ਹੋਇਆ ਜਿਸ ਦੇ ਅੰਤਰਗਤ ਹੋਰ ਧਰਾਵਾਂ ਤੋਂ ਇਲਾਵਾ ਸੀ ਐਫ ਐਲ ਐਨ ਕੁਝ ਤਬਦੀਲੀਆਂ ਕਰਕੇ ਬਾਰਡਰ ਨੂੰ ਲਾਈਨ ਆਫ ਕੰਟਰੋਲ ਐਲ او ਸੀ ਦਾ ਦਰਜਾ ਦਿੱਤਾ ਡੰਡੀ ਫਿਰ ਕਾਫੀ ਸਮੇਂ ਤੱਕ ਸ਼ਾਂਤੀਪੂਰਵਕ ਵਾਤਾਵਰਣ ਬਰਕਰਾਰ ਰਿਹਾ ਰੇਹਾ ਡੰਡੀ ਸਨ 1971 ਵਾਲੇ ਸ਼ਰਮਨਾਕ ਹਾਰ ਦਾ ਬਦਲਾ ਲੈਣ ਖਾਤਰ ਪਾਕਿਸਤਾਨ ਨੇ ਭਾਰਤ ਤੇ ਸੌ ਘਟ ਲਾਉਣ ਵਾਲੀ ਨੀਤੀ ਅਖਤਿਆਰ ਕੀਤੀ ਅਤੇ 80 ਦੇ ਦਹਾਕੇ ਦੌਰਾਨ ਹੱਤਵਾਲਦ ਦਾ ਦੌਰ ਸ਼ੁਰੂ ਹੋ ਗਿਆ ਡੰਡੀ ਸੈਂਕੜਿਆਂ ਦੀ ਗਿਣਤੀ ਚ ਮੁਹਾਜੂਦੀਨਾਂ ਨੂੰ ਜਿਨ੍ਹਾਂ ਚੋਂ ਕੁਝ ਤਾਂ ਅਫਗਾਨਿਸਤਾਨ ਦੀ جنگ ਤੋਂ ਵੇਲੇ ਹੋਏ ਸਨ ਨੂੰ ਅਤਵਾਦੀ ਜਥੇਬੰਦੀਆਂ ਚੋਂ ਸੰਗਠਿਤ ਕਰਕੇ ਕਸ਼ਮੀਰ ਨੂੰ ਖੂਨੀ ਅਖਾੜਾ ਬਣਾ ਲਿਆ ਡੰਡੀ ਕਾਰਗਿਲ ਦੀ ਲੜਾਈ 'ਚ ਹਾਰ ਦਾ ਸਾਹਮਣਾ ਕਰਨ ਤੇ ਵੀ ਪਾਕਿਸਤਾਨ ਬਾਜ ਨਹੀਂ ਆਇਆ ਡੰਡੀ 1999 ਅਤੇ 2001 ਦਰਮਿਆਨ 4500 ਤੋਂ ਵੱਧ ਹੱਤਵਾਦੀ ਘਟਨਾਵਾਂ ਵਾਪਰੀਆਂ ਡੰਡੀ ਹੱਤਵਾਦ ਨੇ ਮੁੱਖ ਤੌਰ ਤੇ ਅੰਤਰਦੇਸ਼ ਚ ਉਸ ਸਮੇਂ दस्तक ਦਿੱਤੀ ਜਦੋਂ ਦਸੰਬਰ 2001 ਚ ਪਾਰਲੀਮੈਂਟ ਤੇ ਹਮਲਾ ਕੀਤਾ ਤੇ ਫਿਰ ਮੁੰਬਈ ਵਿਖੇ ਵੀ ਡੰਡੀ ਇਸ ਨਾਲ جنگ ਵਾਲੀ ਸਥਿਤੀ ਪੈਦਾ ਹੋ ਗਈ ਡੰਡੀ 2003 ਚ ਦੋਵਾਂ ਮੁਲਕਾਂ ਦਰਮਿਆਨ ਉੱਚ ਪੱਧਰੀ ਸਿਆਸੀ ਤੇ ਕੂਟਨੀਤਿਕ ਮੀਟਿੰਗਾਂ ਉਪਰੰਤ ਜੰਗ ਬੰਦੇ ਨੂੰ ਲਾਗੂ ਕਰਨ ਅਤੇ ਸ਼ਾਂਤੀ ਬਹਾਲ ਕਰਨ ਖਾਤਰ ਵਿਸਥਾਰਪੂਰਵਕ ਢੰਗ ਨਾਲ ਸਮਝੌਤਾ ਕੀਤਾ ਗਿਆ ਪਰ ਫਿਰ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਅਤੇ ਸਮਝੌਤਾ ਭੰਗ ਹੋ ਗਿਆ ਜਿਸ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਬਣਦੀ ਹੈ ਡੰਡੀ ਮਈ 2018 ਚ ਦੋਵਾਂ ਮੁਲਕਾਂ ਦਰਮਿਆਨ ਐਲ ਉਸੰਤੇ ਗੋਲੀਬਾਰੀ ਦੀਆਂ ਵਾਰਦਾਤਾਂ ਵਧਦੀਆਂ ਗਈਆਂ ਅਤੇ ਦੋਵੇਂ ਮੁਲਕਾਂ ਦੇ ਸਿਵਿਲਿਅਨ ਵੀ ਮੁਸੀਬਤਾਂ ਚੱਲਦੇ ਰਹੇ ਡੰਡੀ ਦੋਵਾਂ ਮੁਲਕਾਂ ਵੱਲੋਂ ਡੀ ਜੀ ਐਮਓ ਪੱਧਰਾਂ ਤੇ ਗੱਲਬਾਤ ਵੀ ਹੁੰਦੀ ਰਹੀ ਅਤੇ ਹੇਠਲੀ ਪੱਧਰਾਂ ਤੇ ਫਲੈਗ ਮੀਟਿੰਗਾਂ ਵੀ ਪਰ ਪਾਕਿਸਤਾਨ ਵੱਲੋਂ ਅਨ ਐਲਾਨੇ ਜੰਗ ਜਾਰੀ ਰਹੀ ਡੰਡੀ ਸਨ 2018 ਚ ਇੱਕ ਵਾਰ ਮੁੜ ਜੰਗ ਬੰਦੇ ਨੂੰ ਲੈ ਕੇ ਸਮਝੌਤਾ ਹੋ ਰਿਹਾ ਹੈ ਜਿਸ ਦੀ ਪ੍ਰਸ਼ੰਸਾ ਚੀਨ ਨੇ ਵੀ ਕੀਤੀ ਪਰ ਪ੍ਰਣਾਲਾ ਉੱਥੇ ਦਾ ਉੱਥੇ ਹੈ ਡੰਡੀ ਗਰੇ ਰਾਜ ਮੰਤਰੀ ਜੀ ਕ੍ਰੇਸ਼ਨ ਰੈਡੀ ਨੇ ਹਾਲ ਚਾਹੀ ਸੰਸਦ ਚ ਇੱਕ ਸਵਾਲ ਦੇ ਲਿਖਤੀ ਜਵਾਬ ਚ ਦੱਸਿਆ ਕਿ ਬੀਤੇ 3 ਸਾਲਾਂ ਦੌਰਾਨ ਪਾਕਿਸਤਾਨ ਨੇ ਸਰਹੱਦ ਤੇ 10752 ਵਾਰ ਜੰਗ ਬੰਦੀ ਦੀ ਉਲੰਘਣਾ ਕੀਤੀ ਸੀ ਡੰਡਿੰਗ ਇਸ ਚ ਸੁਰੱਖਿਆ ਬਲਾਂ ਦੇ 72 ਸੈਨਿਕਾਂ ਨਾਲ 70 ਨਾਗਰਿਕਾਂ ਦੀ ਵੀ ਮੌਤ ਹੋ ਗਈ ਜਦੋਂ ਕੇ ਸੁਰੱਖਿਆ ਬਲਾਂ ਦੇ 364 ਲੋਕ ਅਤੇ 341 ਆਮ ਨਾਗਰਿਕ ਜਖਮੀ ਹੋਏ ਡੰਡੀ ਜਾਹਰ ਹੈ ਕਿ ਸਰਹੱਦ ਤੇ جنگਬੰਦੀ ਲਾਗੂ ਕਰਨ ਅਤੇ ਸ਼ਾਂਤੀ ਬਹਾਲ ਕਰਨ ਵਾਲੇ ਨਵੇਂ ਸਮਝੌਤੇ ਬਾਰੇ ਬਣੀ 17 ਦੋਵਾਂ ਮੁਲਕਾਂ ਦੇ ਰਿਸ਼ਤਿਆਂ ਚ ਮੌਜੂਦ ਮੌਜੂਦਾ ਕੁੜਤਣ ਨੂੰ ਘਟ ਕਰਨ ਚ ਸਹਾਈ ਹੋਵੇਗੀ ਅਤੇ ਪਵੇਖਣ ਚ ਕੋਟ ਨੀਤਕਾਂ ਤੇ ਸਿਆਸੀ ਪੱਦਰਾਂ ਤੇ ਗੱਲਬਾਤ ਦਾ ਰਾਹ ਵੀ ਪੱਧਰਾ ਹੋਵੇਗਾ ਬਸ਼ਰਤੇ ਕਿ ਸਮਝੌਤਾ ਲਾਗੂ ਹੋਵੇ ਡੰਡੀਪਰਾ ਪਾਕਿਸਤਾਨੀ ਫੌਜ ਭਾਵੇਂ ਸੱਤਾ 'ਚ ਹੋਵੇ ਜਾਂ ਨਾ ਪਰ ਸਰਕਾਰ ਉੱਪਰ ਉਸ ਦਾ ਗਲਬਾ ਹਮੇਸ਼ਾ ਲਈ ਬਰਕਰਾਰ ਰਹੇਗਾ ਡੰਡਿੰਗ ਇੱਥੇ ਇਹ ਵੀ ਦੱਸਣਾ ਉਚਿਤ ਹੋਵੇਗਾ ਕਿ ਭਾਰਤ ਸਮੇਤ ਚੀਨ ਅਮਰੀਕਾ ਸਾਉਦੀ ਅਰਬ ਅਤੇ ਕੁਝ ਹੋਰ ਮੁਲਕਾਂ ਬਾਰੇ ਵਿਦੇਸ਼ ਨੀਤੀ ਉਥੋਂ ਦੀ ਫੌਜ ਹੀ ਤਾਂ ਕਰਦੀ ਹੈ ਡੰਡਿੰਗ ਵੈਸੇ ਵੇ ਜਦੋਂ ਵੀ ਕਿਤੇ ਪਾਕਿਸਤਾਨ ਦੀ ਸਿਵਲਨ ਸਰਕਾਰ ਨੇ ਬਗੈਰ ਫੌਜ ਦੀ ਸਹਿਮਤੀ ਤੋਂ ਭਾਰਤ ਨਾਲ ਦੋਸਤੀ ਦਾ ਹੱਥ ਅੱਗੇ ਵਧਾਇਆ ਤਾਂ ਉਥੋਂ ਦੀ ਸਰਕਾਰ ਨੂੰ ਰਸ ਨਹੀਂ ਆਇਆ ਡੰਡੀ ਭਾਰਤ ਨਾਲ ਮੀਟਿੰਗਾਂ ਵੀ ਅਧੋਰੀਆਂ ਰਹੀਆਂ ਅਤੇ ਸਮਝੌਤੇ ਵੀ ਪੰਗ ਹੁੰਦੇ ਰਹੇ ਡੰਡੀਪਰਾ ਮਿਸਾਲ ਦੇ ਤੌਰ ਤੇ ਜਦੋਂ ਸਨ 1999 ਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਬੱਸ ਰਾਹੀਂ ਸਫਰ ਕਰਕੇ ਪਾਕਿਸਤਾਨ ਪੁੱਜੇ ਤਾਂ 21 ਫਰਵਰੀ ਨੂੰ ਉੱਥੋਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਲਾਹੌਰ ਐਲਾਨਨਾਮੇ ਕੀਤੇ ਹਸਤਾਖਰ ਕੀਤੇ ਤਾਂ ਸੈਨਾ ਮੁਖੀ ਬਾਦ ਚ ਰਾਟਰਪਤੀ ਜਨਰਲ ਪ੍ਰਵੇਜ ਮੁਸ਼ਰਫ ਵੱਲੋਂ ਕੂਟਨੀਤਕ ਸਿਸਟਾ ਚਾਰ ਦੇ ਪਾਲਣਾ ਤਾਂ ਕਿ ਕਰਨੀ ਸੀ ਉਸ ਨੇ ਅਪ੍ਰੈਲ ਮਈ ਚ ਕਾਰਗਲ ਸੈਕਟਰ ਚ ਹਮਲਾ ਕਰ ਦਿੱਤਾ ਡੰਡੀ ਬਾਅਦ ਚ ਉਸ ਦਾ ਤਖਤਾ ਵੀ ਪਲਟਿਆ ਡੰਡੀ ਇਸੇ ਤਰ੍ਹਾਂ ਸਨ 2014 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੌ ਚੱਕ ਸਮਾਗਮ ਸਮੇਂ ਸਾਰਕ ਦੇ ਸਾਰੇ ਮੁਲਕਾਂ ਨੂੰ ਸੱਦਾ ਦਿੱਤਾ ਗਿਆ ਅਤੇ ਨਵਾਜ਼ ਸ਼ਰੀਫ ਵੀ ਸ਼ਾਮਲ ਹੋਏ ਡੰਡੀ ਇਸ ਦੇ ਉਲਟ ਜਦੋਂ ਅਜੇ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਹਲਫੀਆ ਅਰਸਮ ਹੋ ਰਹੀ ਸੀ ਤਾਂ ਜਨਨਲ ਬਾਜਵਾ ਨੇ ਨਵਜੋਤ ਸਿੱਧੂ ਦੇ ਕੰਨ ਚ ਫੂਕ ਮਾਰ ਕੇ ਕਿਹਾ ਕਿ ਪਾਕਿਸਤਾਨ ਸਰਕਾਰ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਗੇ ਨੂੰ ਖੋਲਣ ਬਾਰੇ ਵਿਚਾਰ ਕਰ ਰਹੀ ਹੈ ਡੰਡਿੰਗ ਸਵਾਲ ਇਹ ਪੈਦਾ ਹੁੰਦਾ ਹੈ ਕਿ ਨਵੀਂ ਸਰਕਾਰ ਤਾਂ ਅਜੇ ਕਾਇਮ ਹੈ ਨਹੀਂ ਹੋਈ ਸੇ ਫਿਰ ਇਹ ਕਿਹੜੀ ਸਰਕਾਰ ਸੇ ਜੋ ਜਨਲ ਚੋਣਾ ਦੌਰਾਨ ਵੀ ਫੈਸਲੇ ਲੈ ਰਹੀ ਸੀ ਡੰਡਿੰਗ ইমরান ਨੂੰ ਤਾਂ ਉਸ ਸਮੇ ਇਹ ਵੀ ਪਤਾ ਨਹੀਂ ਸੀ ਕਿ ਇਸ ਪਵਿੱਤਰ ਸਥਾਨ ਦੀ ਮਹਾਨਤਾ ਕੀ ਹੈ ਪ੍ਰਸ਼ੰਚਨ ਫਿਰ ਲਾਂਗਾ ਵੀ ਖੁੱਲ ਗਿਆ ਡੰਡਿੰਗ ਲੋੜ ਇਸ ਗੱਲ ਦੀ ਹੈ ਕਿ ਸਮਝੌਤੇ ਤਾਂ ਹੁੰਦੇ ਰਹਿਣਗੇ ਅਤੇ ਭੰਗ ਵੀ ਹੋਣਗੇ ਪਰ ਫੌਜਾਂ ਦੀਆਂ ਜੰਗੀ ਲੋੜਾਂ ਪਹਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣ ਡੰਡੀ